ਇਸ ਦੇ ਬਾਵਜੂਦ ਕਿ ਪੰਜਾਬ ਸਰਕਾਰ ਨੂੰ ਵਾਈਟ ਫਲਾਈ ਨਾਂ ਦੇ ਕੀੜੇ ਬਾਰੇ ਸਮੇਂ ਸਿਰ ਜਾਣਕਾਰੀ ਦਿੱਤੀ ਗਈ ਸੀ, ਇਸ ਦੇ ਅਧਿਕਾਰੀ ਫਿਰ ਵੀ ਕਪਾਹ ਦੀ ਫਸਲ ਨੂੰ ਇਸ ਤੋਂ ਨਹੀਂ ਬਚਾ ਸਕੇ। ਪੰਜਾਬ 'ਚ 4 ਲੱਖ ਹੈਕਟੇਅਰ ਤੋਂ ਵੱਧ ਜ਼ਮੀਨ ਕਪਾਹ ਦੀ ਬਿਜਾਈ ਹੇਠ ਹੈ। ਕੁਝ ਖਬਰਾਂ ਮੁਤਾਬਕ ਇੱਕ 40 ਸਾਲ ਦੇ ਟਾਂਡੀਆਂ ਪਿੰਡ ਦੇ ਜ਼ਿਮੀਂਦਾਰ ਜਗਸੀਰ ਸਿੰਘ ਨੇ ਸੋਮਵਾਰ ਨੂੰ ਇਸ ਕਰਕੇ ਖੁਦਕੁਸ਼ੀ ਕਰ ਲਈ ਕਿ ਉਸਦੀ ਫਸਲ ਵਾਈਟ ਫਲਾਈ ਦੇ ਤਬਾਹ ਕਰ ਦਿੱਤੀ ਸੀ। ਇਸ ਮਾਨਸਾ ਜ਼ਿਲ੍ਹੇ ਦੇ ਜ਼ਿਮੀਂਦਾਰ ਨੇ ਆਪਣੀ 4 ਏਕੜ ਦੀ ਫਸਲ ਉੱਤੇ ਕੀਟਨਾਸ਼ਕ ਦਵਾਈ ਵੀ ਸਪਰੇਅ ਕੀਤੀ ਸੀ, ਪਰ ਫਿਰ ਵੀ ਫਸਲ ਨਹੀਂ ਬਚ ਸਕੀ। ਉਸਨੇ ਉਮੀਦ ਲਾਈ ਸੀ ਕਿ ਉਸਦੇ ਸਿਰ 'ਤੇ ਜਿਹੜਾ 7 ਲੱਖ ਦਾ ਕਰਜ਼ਾ ਹੈ ਉਹਦਾ ਥੋੜ੍ਹਾ ਇਸ ਫਸਲ ਤੋਂ ਜਿਹੜਾ ਕਰਜ਼ਾ ਵਾ ਘੱਟ ਜਾਏਗਾ। ਹੁਣ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਉਹ ਵੱਖਰੀਆਂ ਟੀਮਾਂ ਪੰਜਾਬ 'ਚ ਕਪਾਹ ਬੀਜਣ ਵਾਲੇ ਇਲਾਕਿਆਂ 'ਚ ਭੇਜਣਗੇ। ਸਰਕਾਰ ਨੇ ਇਹ ਵੀ ਕਿਹਾ ਹੈ ਕਿ ਉਸਨੇ ਸੈਂਟਰ ਤੋਂ ਇਸ ਨੁਕਸਾਨ ਵਾਸਤੇ ਮੁਆਵਜ਼ੇ ਦੀ ਵੀ ਜਿਹੜਾ ਜ਼ਿਮੀਂਦਾਰਾਂ ਨੂੰ ਦੇਣਾ ਉਹਦੀ ਮੰਗ ਕੀਤੀ ਹੈ। ਪਰ ਮੈਂ ਪੁੱਛਣਾ ਚਾਹੁੰਦਾ ਕਿ ਇਹ ਸਭ ਕੁਝ ਪਹਿਲਾਂ ਕਿਉਂ ਨਹੀਂ ਕੀਤਾ ਗਿਆ। ਮੈਨੂੰ ਯਾਦ ਹੈ ਕਿ ਮੈਂ 31 ਜੁਲਾਈ ਨੂੰ ਕਰੀਬ 1 ਮਹੀਨਾ ਪਹਿਲਾਂ ਇੱਕ ਵੀਡੀਓ ਬਲੌਗ ਇਸ ਬਾਰੇ ਕੀਤਾ ਸੀ। ਉਸ ਤੋਂ ਬਾਅਦ ਸਰਕਾਰ ਨੇ ਵਾਈਟ ਫਲਾਈ ਦੇ ਹਮਲੇ ਨੂੰ ਰੋਕਣ ਲਈ ਕੀ ਕੀਤਾ ਹੈ? ਬੁੱਧਵਾਰ ਦੀ ਅਜੀਤ ਅਖਬਾਰ 'ਚ ਉਸਦੇ ਰਿਪੋਰਟਰ ਦਵਿੰਦਰ ਪਾਲ ਸਿੰਘ ਦੀ ਇੱਕ ਖਬਰ ਹੈ ਕਿ ਫਾਜ਼ਿਲਕਾ ਦੇ ਕਠਹਿਰਾ ਪਿੰਡ 'ਤੇ ਵਿਨੋਦ ਜਿਆਨੀ ਦੀ ਫਸਲ ਵਾਈਟ ਫਲਾਈ ਦੇ ਹਮਲੇ ਤੋਂ ਇਸ ਕਰਕੇ ਬਚ ਗਈ ਕਿਉਂਕਿ ਉਹ ਜੈਵਿਕ ਖੇਤੀ ਯਾਨੀ ਔਰਗੈਨਿਕ ਖੇਤੀ ਦੇ ਸਾਧਨ ਵਰਤਦੇ ਨੇ। ਕੀ ਪੰਜਾਬ ਸਰਕਾਰ ਨੇ ਇਹੋ ਜਿਹੇ ਜ਼ਿਮੀਂਦਾਰਾਂ ਨਾਲ ਸੰਪਰਕ ਕਰਕੇ ਇਹ ਜਾਣਕਾਰੀ ਬਾਕੀਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ? ਇਸ ਦੀ ਬਜਾਏ ਖਬਰਾਂ ਮੁਤਾਬਕ ਰਾਜ ਸਰਕਾਰ ਨੇ ਘਟੀਆ ਅਤੇ ਜਾਲੀ ਕੀਟਨਾਸ਼ਕ ਦਵਾਈਆਂ ਖਰੀਦ ਕੇ ਜ਼ਿਮੀਂਦਾਰਾਂ ਨੂੰ ਵੇਚੀਆਂ। ਹੁਣ ਇਹਨਾਂ ਫਰਮਾਂ ਜਿਨ੍ਹਾਂ ਨੇ ਇਹ ਕੀਟਨਾਸ਼ਕ ਦਵਾਈਆਂ ਵੇਚੀਆਂ ਨੇ ਉਹਨਾਂ ਦੇ ਪੈਸੇ ਰੋਕਣ ਦਾ ਹੁਕਮ ਦਿੱਤੇ ਨੇ, ਪਰ ਇਹਦਾ ਹੁਣ ਕੀ ਫਾਇਦਾ? ਹਜ਼ਾਰਾਂ ਪਰਿਵਾਰ ਇਸ ਕੀੜੇ ਦੇ ਹਮਲੇ ਕਰਕੇ ਬਰਬਾਦ ਹੋ ਗਏ ਨੇ। ਕੁਝ ਕਿਸਾਨੀ ਜਥੇਬੰਦੀਆਂ ਜਿਹੜਾ ਮੁੱਖ ਮੰਤਰੀ ਦੇ ਘਰ ਦਾ 8 ਸਤੰਬਰ ਨੂੰ ਕਰਾਉ ਕਰ ਰਹੇ ਨੇ, ਉਹਨਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਖੇਤੀਬਾੜੀ ਮੰਤਰੀ ਤੋਤਾ ਸਿੰਘ ਅਸਤੀਫਾ ਦੇਣ। ਜਿੰਨਾ ਚਿਰ ਤੱਕ ਅਸੀਂ ਮੰਤਰੀਆਂ ਨੂੰ ਅਤੇ ਸੀਨੀਅਰ ਅਧਿਕਾਰੀਆਂ ਨੂੰ ਇਹੋ ਜਿਹੀਆਂ ਜਾਂ ਇਹੋ ਜਿਹੀ ਅਣਗਹਿਲੀ ਲਈ ਜ਼ਿੰਮੇਵਾਰ ਨਹੀਂ ਠਹਿਰਾਵਾਂਗੇ, ਸਾਡੇ ਰਾਜ ਪ੍ਰਬੰਧ ਵਿੱਚ ਸੁਧਾਰ ਨਹੀਂ ਆ ਸਕਦਾ।